ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਮੋਹਾਲੀ। ਵੱਡੀ ਖਬਰ ਆ ਰਹੀ ਹੈ ਦੋਸਤੋ ਕਿ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ 3 ਦਿਨ ਦੇ ਰਿਮਾਂਡ ਤੋਂ ਬਾਅਦ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਕੀ ਹੋਏ ਨੇ ਖੁਲਾਸੇ, ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਮੋਹਾਲੀ ਤੋਂ ਜਤਿੰਦਰ ਸੱਭਰਵਾਲ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਸੱਭਰਵਾਲ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਦੇਖੋ ਸੋਤਾ ਸਾਹਿਬ, ਸੁਖਪ੍ਰੀਤ ਸਿੰਘ ਬੁੱਢਾ ਜਿਹੜਾ ਗੈਂਗਸਟਰ ਆ, ਜਿਸ ਨੂੰ ਇੰਟਰਪੋਲ ਦੀ ਮਦਦ ਨਾਲ ਅਰਮੀਨੀਆ ਤੋਂ ਆਪਣਾ ਪੰਜਾਬ ਲਿਆਂਦਾ ਗਿਆ ਸੀਗਾ, ਉਸਦੇ ਉੱਤੇ ਵੱਖ ਵੱਖ ਜਿਹੜੇ ਕੇਸ ਸੀਗੇ ਉਹ ਦਰਜ ਨੇ। ਕਾਫੀ ਲੰਬੇ ਉਸਦੇ ਰਿਮਾਂਡ ਜਿਹੜੇ ਆ ਪੁਲਿਸ ਵੱਲੋਂ ਲਏ ਗਏ ਸੀਗੇ, ਔਰ ਪਿਛਲੇ ਦਿਨੀ ਉਸਨੂੰ ਪੁਲਿਸ ਰਿਮਾਂਡ ਜਿਹੜਾ ਖਤਮ ਹੋਣ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਸੀਗਾ। ਪਰ ਇੱਕ ਥਾਣਾ ਨਵਾਂ ਗਰਾਉਂ ਦੇ ਵਿੱਚ ਗੋਲੀ ਚਲਾਉਣ ਦਾ ਮਾਮਲਾ ਦਰਜ ਸੀਗਾ, ਉਸਨੂੰ ਲੈ ਕੇ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਉਸਦਾ ਪੁਲਿਸ ਰਿਮਾਂਡ ਲਿਆ ਸੀਗਾ, ਔਰ 3 ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਮਾਨਯੋਗ ਖਰੜ ਦੀ ਕੋਰਟ ਚ ਉਸਨੂੰ ਪੇਸ਼ ਕੀਤਾ ਜਾਏਗਾ, ਔਰ 11 ਵਜੇ ਦੇ ਕਰੀਬ ਇਹਦੀ ਪੇਸ਼ੀ ਹੈਗੀ ਆ, ਔਰ ਉਸ ਤੋਂ ਬਾਅਦ ਹੋਰ ਮਨ ਦੀ ਮੰਗ ਵੀ ਕੀਤੀ ਜਾਊਗੀ। ਔਰ ਸੋਤਾ ਸਾਹਿਬ, ਗੱਲ ਇੱਥੇ ਨੀ ਖਤਮ ਹੁੰਦੀ। ਇੱਕ ਮਾਮਲਾ ਸੀਗਾ, ਹਿੰਦੂ ਸ਼ਿਵ ਸੈਨਾ ਦਾ ਨੇਤਾ ਹੈਗਾ ਕੋਈ, ਉਸਨੂੰ ਬੰਬ ਨਾ ਉਡਾਉਣ ਦੀ ਧਮਕੀ ਦਿੱਤੀ ਸੀਗੀ। ਹੋ ਸਕਦਾ ਕਿ ਇਹ ਰਿਮਾਂਡ ਖਤਮ ਹੋਣ ਤੋਂ ਬਾਅਦ ਇੱਕ ਜਿਹੜਾ ਨਵਾਂ ਮਾਮਲਾ ਖਰੜ ਦੇ ਵਿੱਚ ਜਿਹੜਾ ਪੁਲਿਸ ਨੇ ਦਰਜ ਕੀਤਾ ਸੀਗਾ ਪਿਛਲੇ ਦਿਨੀ ਕੋਈ ਸ਼ਿਵ ਸੈਨਾ ਦਾ ਨੇਤਾ ਨਿਸ਼ਾਨ ਸ਼ਰਮਾ ਜੀ ਨੂੰ ਉਡਾਉਣ ਦਾ, ਉਸਨੂੰ ਲੈ ਕੇ ਵੀ ਰਿਮਾਂਡ ਲਿਆ ਜਾਵੇ। ਔਰ ਹੋ ਸਕਦਾ ਕਿ ਪੁਲਿਸ ਇਸ ਰਿਮਾਂਡ ਦੇ ਦੌਰਾਨ ਕੋਈ ਵੱਡਾ ਜਿਹੜਾ ਖੁਲਾਸਾ ਕਰ ਸਕਦੀ ਆ, ਕਿਉਂਕਿ ਜਿਹੜੇ ਮਾਮਲੇ ਆ ਉਹ ਖਾਲਿਸਤਾਨੀਆਂ ਨਾਲ ਜੁੜੇ ਹੋਣ ਕਰਕੇ ਮਾਮਲਾ ਬੇਹੱਦ ਸੈਂਸਿਟਿਵ ਸੰਵੇਦਨਸ਼ੀਲ ਹੋ ਜਾਂਦਾ ਵਾ। ਔਰ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ 15 ਜਿਹੜੇ ਆਰੋਪੀ ਆ ਜਿਹੜੇ ਇਸ ਨਾਲ ਜੁੜੇ ਹੋਏ ਸੀ, ਜਿਹੜੇ ਗੈਂਗਸਟਰ ਕਹਿ ਸਕਦੇ ਆ ਜਾਂ ਇਸਦੇ ਸਾਥੀ ਕਹਿ ਸਕਦੇ ਆ, ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਆ। ਔਰ ਸੋਤਾ ਸਾਹਿਬ, ਇਹ ਜਿਹੜਾ ਰਿਮਾਂਡ ਖਤਮ ਹੋਣ ਤੋਂ ਬਾਅਦ ਇਹ ਪਤਾ ਲੱਗੇਗਾ ਵੀ ਇਸ ਕੋਲ ਕੀ ਹਥਿਆਰ ਬਰਾਮਦ ਹੋਏ ਨੇ, ਕਿਉਂ ਹਮਲਾ ਕਰਾਇਆ ਸੀ ਇਹਨੇ, ਕੋਈ ਨਵਾਂ ਗਰਾਉਂਡ ਦੇ ਵਿੱਚ ਕੋਈ ਯੁਵਕ ਹੈਗਾ ਵਾ ਗਗਨਦੀਪ, ਤੇ ਕੀ ਇਹਦੇ ਪਿੱਛੇ ਸਾਰੀ ਸਾਜ਼ਿਸ਼ ਸੀਗੀ, ਇਹ ਆਉਣ ਵਾਲਾ ਟਾਈਮ ਦੱਸੇਗਾ। ਪਰ ਅੱਜ ਜਿਹੜਾ ਰਿਮਾਂਡ ਖਤਮ ਹੋਣ ਤੋਂ ਬਾਅਦ ਜਿਹੜਾ ਇਹ ਪੇਸ਼ ਕੀਤਾ ਜਾਏਗਾ, ਔਰ ਇੱਕ ਨਵੇਂ ਰਿਮਾਂਡ ਦੀ ਵੀ ਮੰਗ ਕੀਤੀ ਜਾਏਗੀ, ਜੋ ਸਾਨੂੰ ਸੂਚਨਾ ਮਿਲੀ ਆ, ਔਰ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ, ਔਰ 11 ਵਜੇ ਦਾ ਟਾਈਮ ਰੱਖਿਆ ਗਿਆ ਹੈ ਜੀ। ਬਹੁਤ ਬਹੁਤ ਮਿਹਰਬਾਨੀ, ਤੁਸੀਂ ਇਸ ਪੂਰੀ ਨਿਊਜ਼ ਤੇ ਨਜ਼ਰ ਰੱਖਣੀ। ਅਸੀਂ ਦੁਬਾਰਾ ਫਿਰ ਆਵਾਂਗੇ। ਮਸ਼ਹੂਰ ਤੇ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਅੱਜ 11 ਵਜੇ ਦੇ ਕਰੀਬ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ, ਔਰ ਉਸ ਤੋਂ ਬਾਅਦ ਇੱਕ ਹੋਰ ਰਿਮਾਂਡ 'ਤੇ ਲੈਣ ਦੀ ਕੋਰਟ ਦੇ ਸਾਹਮਣੇ ਮਤਲਬ ਰਿਕੁਐਸਟ ਕੀਤੀ ਜਾਵੇਗੀ, ਔਰ ਉਸ 'ਤੇ ਸਾਡੀ ਨਜ਼ਰ ਹੈ। ਅਤੇ ਅਸੀਂ ਹੁਣ ਤੱਕ ਦੀ ਅਪਡੇਟ, ਨਵੀਂ ਅਪਡੇਟ ਵਾਸਤੇ ਜੁੜੇ ਰਹੋ ਈਵਨ ਪੰਜਾਬੀ ਟੀਵੀ ਦੇ ਨਾਲ।